सुल्तान मल्टीमीडिया 786 चैनल नाल जुड़िया सारिया संगतां नूं जय पीरां दी। जिवें कि असीं तुहानूं गूगल धूफ बारे दस्या सी, ते अज असीं तुहानूं दिखावांगे इहनूं आपां अपने पूरे घर दे विच सही तरीके दे नाल किद्दां दे सकदे हां। तुसीं पाथी दी गोटे दी अग करके जां आपां लकड़ी दी भी अग कर सकदे हां। उहदे कोले करके अद्धा गोटा होवे, पूरा गोटा नहीं लाउणा, अद्धा गोटा पाथी दी अग करके चंगी तरह, फिर असीं जिहड़ा तुहानूं गूगल धूफ भेजांगे ਉਹ ਤੁਸੀਂ ਬੜੇ ਆਪਣੇ ਪੀਰੋ ਮੁਰਸ਼ਦ ਨੂੰ ਯਾਦ ਕਰਕੇ ਆਪਣੇ ਪੀਰਾਂ ਫਕੀਰਾਂ ਦਾ ਨਾਮ ਲੈ ਕੇ ਉਹ ਫਿਰ ਥੋੜ੍ਹਾ ਥੋੜ੍ਹਾ ਉੱਤੇ ਪਾਉਣਾ ਅੱਗ ਦੇ ਉੱਤੇ। ਇਸ ਤਰ੍ਹਾਂ ਤੁਸੀਂ ਥੋੜ੍ਹਾ ਥੋੜ੍ਹਾ ਧੂਫ ਉੱਪਰ ਪਾਓ, ਇਹ ਫਿਰ ਮਗਨ ਲੱਗ ਪਵੇਗਾ। ਇਸ ਤਰ੍ਹਾਂ ਥੋੜ੍ਹਾ ਪਾਉਣਾ, ਬਹੁਤਾ ਨਹੀਂ। ਅੱਗ ਨੂੰ ਆਪਾਂ ਕਰੋਲ ਵੀ ਸਕਦੇ ਹਾਂ, ਅੱਗ ਨੂੰ ਤੁਸੀਂ ਕਰੋਲ ਲਿਓ ਤਾਂ ਜੋ ਇਹ ਜ਼ਿਆਦਾ ਮਗੇ। ਜਦੋਂ ਇਹ ਧੂਫ ਚੰਗੀ ਤਰ੍ਹਾਂ ਮਗਨ ਲੱਗ ਪਵੇ, ਫਿਰ ਤੁਸੀਂ ਇਹਨੂੰ ਘਰ ਵਿੱਚ ਜਿੰਨੇ ਕਮਰੇ ਆ ਸਾਰੇ ਕਮਰਿਆਂ ਦੇ ਇਕੱਲੇ ਇਕੱਲੇ ਕੋਨੇ ਦੇ ਵਿੱਚ ਦੇਣਾ, ਕਿਉਂਕਿ ਕੋਨੇ ਦੇ ਵਿੱਚ ਹੀ ਜਾਦੂ ਟੂਣੇ, ਬੁਰੀ ਨਿਗਾਹ, ਬਦਦੁਆ ਸਾਰਾ ਕੁਛ ਘਰ ਦੇ ਕੋਨਿਆਂ ਵਿੱਚ ਹੀ ਲੱਗਾ ਹੁੰਦਾ। ਸ਼ੈਤਾਨ ਦਾ ਵਾਸਾ ਘਰ ਦੇ ਕੋਨਿਆਂ ਵਿੱਚ ਹੀ ਹੁੰਦਾ। ਇਸ ਕਰਕੇ ਤੁਸੀਂ ਘਰ ਦੇ ਸਾਰੇ ਕਮਰਿਆਂ 'ਚ, ਰਸੋਈ 'ਚ, ਬਰਾਂਡੇ 'ਚ ਇਹਨੂੰ ਨੰਗੇ ਪੈਰੀ ਸਿਰ ਢੱਕ ਕੇ ਆਪਣੇ ਪੀਰੋ ਮੁਰਸ਼ਦ ਆਪਣੇ ਗੁਰੂ ਦਾ ਨਾਮ ਧਿਆਉਂਦੇ ਹੋਏ ਸਾਰੇ ਪਾਸੇ ਘੁਮਾਉਣਾ। ਅਤੇ ਜੇਕਰ ਤੁਸੀਂ ਪਸ਼ੂ ਡੰਗਰ ਰੱਖੇ ਵਾ ਤਾਂ ਡੰਗਰਾਂ ਦੇ ਬਾੜੇ ਵਿੱਚ ਵੀ ਇਹਨੂੰ ਘੁਮਾਉਣਾ, ਕਿਉਂਕਿ ਇਹ ਧੂਫ ਜਾਨ ਮਾਲ ਦੀ ਸੁੱਖ ਸ਼ਾਂਤੀ ਦੇ ਲਈ, ਘਰ ਵਿੱਚੋਂ ਜਾਦੂ ਟੂਣੇ, ਬੁਰੀਆਂ ਬਲਾਵਾਂ, ਬੁਰੀਆਂ ਨਿਗਾਹਾਂ ਨੂੰ ਕੱਢਣ ਦੇ ਲਈ, ਘਰ ਵਿੱਚ ਬਰਕਤ ਆਵੇ, ਪੈਸਾ ਆਵੇ, ਸੁੱਖ ਸਮਰਿੱਧੀ ਆਵੇ, ਇਸ ਕਰਕੇ ਦਿੱਤਾ ਜਾਂਦਾ। ਅਤੇ ਤੁਸੀਂ ਇਹਨੂੰ ਘਰ ਦੇ ਇਕੱਲੇ ਇਕੱਲੇ ਕੋਨੇ ਦੇ ਵਿੱਚ ਦੇਣਾ, ਕੋਈ ਕੋਨਾ ਛੱਡਿਓ ਨਾ, ਰਸੋਈ ਵਿੱਚ ਵੀ, ਬਾਹਰ ਮੇਨ ਗੇਟ 'ਤੇ ਵੀ, ਬਰਾਂਡੇ ਵਿੱਚ ਵੀ, ਬੈਠਕ ਵਿੱਚ ਵੀ, ਜੇਕਰ ਪਸ਼ੂ ਡੰਗਰ ਰੱਖੇ ਵਾ ਉੱਥੇ ਵੀ, ਜੇਕਰ ਤੁਹਾਡੇ ਘਰ ਦੇ ਵਿੱਚ ਚੁਬਾਰਾ ਆ, ਤੁਸੀਂ ਡਬਲ ਸਟੋਰੀ ਪਾ ਆ ਤਾਂ ਉੱਪਰ ਵੀ, ਘਰ ਦੇ ਮੁੱਖ ਦਰਵਾਜ਼ੇ 'ਤੇ ਵੀ, ਸਾਰੇ ਘੁਮਾ ਕੇ ਘੁਮਾਉਂਦੇ ਸਮੇਂ ਆਪਣੇ ਪੀਰੋ ਮੁਰਸ਼ਦ ਨੂੰ ਯਾਦ ਕਰਦੇ ਰਹੋ, ਉਹਦਾ ਨਾਮ ਲੈਂਦੇ ਰਹੋ। ਅਤੇ ਇਹਨੂੰ ਸ਼ੁਰੂ ਕਰਨ ਤੋਂ ਪਹਿਲਾਂ ਵੀ ਆਪਣੇ ਪੀਰੋ ਮੁਰਸ਼ਦ ਅੱਗੇ ਦੁਆ ਕਰਨੀ ਆ, ਅਰਦਾਸ ਕਰਨੀ ਆ ਕਿ ਮੈਂ ਤੁਹਾਡੇ ਨਾਮ 'ਤੇ ਦੇ ਰਿਹਾ। ਆਪਾਂ ਜਿਹੜੇ ਵੀ ਪੀਰ ਫਕੀਰ ਗੁਰੂ ਨੂੰ ਮੰਨਦੇ ਹਾਂ ਉਹਦਾ ਨਾਮ ਲੈ ਕੇ, ਅਤੇ ਫਿਰ ਜਦੋਂ ਸਾਰੇ ਦੇ ਹਟੇ, ਸਾਰੇ ਘੁਮਾ ਕੇ, ਫਿਰ ਇੱਕ ਵਾਰੀ ਜਿੱਥੇ ਤੁਸੀਂ ਘਰ ਵਿੱਚ ਚਿਰਾਗ ਬੱਤੀ ਕਰਦੇ ਹਾਂ ਉੱਥੇ ਲਿਆ ਕੇ ਪੀਰੋ ਮੁਰਸ਼ਦ ਦਾ ਨਾਮ ਲੈ ਕੇ, ਜੇਕਰ ਤੁਸੀਂ ਪਸ਼ੂ ਡੰਗਰ ਰੱਖੇ ਵਾ ਤਾਂ ਇਹਨੂੰ ਉੱਥੇ ਰੱਖ ਦਿਓ ਸਣੇ ਕੜਛੀ, ਅਤੇ ਜੇਕਰ ਨਹੀਂ ਤਾਂ ਘਰ ਦੀ ਛੱਤ 'ਤੇ ਰੱਖ ਸਕਦੇ ਹਾਂ। ਅਤੇ ਇਹ ਧੂਫ ਅੱਜ ਇੱਦਾਂ ਦੀ ਤੁਸੀਂ ਕੜਛੀ ਵੀਡੀਓ ਵਿੱਚ ਦੇਖ ਰਹੇ ਹਾਂ ਇੱਦਾਂ ਦੀ ਕੜਛੀ ਵਿੱਚ ਹੀ ਦਿਓ, ਇਹੀ ਧੂਫ ਵਾਸਤੇ ਬਿਹਤਰ ਹੁੰਦੀ ਆ, ਬਾਜ਼ਾਰੋਂ ਮਿਲ ਜਾਂਦੀ ਆ ਇੱਦਾਂ ਦੀਆਂ ਕੜਛੀਆਂ। ਇਹ ਇੱਕ ਕੜਛੀ ਇਸੇ ਕੰਮ ਲਈ ਲੈ ਕੇ ਆਉਣੀ ਆ, ਇਸ ਕੜਛੀ ਤੋਂ ਹੋਰ ਕੋਈ ਕੰਮ ਨਹੀਂ ਲੈਣਾ, ਇਹ ਸਿਰਫ ਧੂਫ ਦੇਣ ਲਈ ਰੱਖਣੀ ਆ। ਜਾਂ ਵੀਰਵਾਰ ਚੁਣ ਲਓ ਜਾਂ ਐਤਵਾਰ ਚੁਣ ਲਓ, ਜਦੋਂ ਧੂਫ ਖਤਮ ਹੋਣ ਲੱਗੇ, ਖਤਮ ਹੋਣ ਤੋਂ ਘੱਟੋ ਘੱਟ 1-2 ਹਫ਼ਤੇ ਪਹਿਲਾਂ ਸਾਨੂੰ ਮੈਸੇਜ ਕਰ ਦਿਓ, ਅਸੀਂ ਤੁਹਾਨੂੰ ਦੁਬਾਰਾ ਇਹ ਧੂਫ ਭੇਜ ਦੇਵਾਂਗੇ। ਘੱਟੋ ਘੱਟ 6 ਮਹੀਨੇ ਇਹਨੂੰ ਲਗਾਤਾਰ ਵਰਤਿਓ, ਅਤੇ ਜਿੱਦਾਂ ਜਿੱਦਾਂ ਘਰ ਵਿੱਚ ਸੁੱਖ ਸਮਰਿੱਧੀ ਆਉਂਦੀ ਰਹੀ ਉੱਦਾਂ ਉੱਦਾਂ ਫਿਰ ਤੁਸੀਂ ਇਹਨੂੰ ਹੌਲੀ ਹੌਲੀ ਘਟਾ ਵੀ ਸਕਦੇ ਹਾਂ। ਪਰ ਜੇ ਸਾਰੀ ਉਮਰ ਕਰਦੇ ਰਹੋਗੇ ਤਾਂ ਸੋਨੇ 'ਤੇ ਸੁਹਾਗਾ ਸਭ ਨਾਲੋਂ ਵਧੀਆ, 200-400 ਰੁਪਏ ਨਾਲ ਕੋਈ ਫਰਕ ਨਹੀਂ ਪੈਂਦਾ, ਘਰ ਵਿੱਚ ਆਪਣੇ ਪੀਰੋ ਮੁਰਸ਼ਦ ਦਾ ਪੈਰਾ ਹੋ ਜਾਂਦਾ, ਵਾਸ ਹੋ ਜਾਂਦਾ, ਘਰ ਵਿੱਚੋਂ ਨਕਾਰਾਤਮਕ ਸ਼ਕਤੀਆਂ ਦੂਰ ਹੋ ਜਾਂਦੀਆਂ, ਅਤੇ ਘਰ ਵਿੱਚ ਬਿਮਾਰੀ ਨਹੀਂ ਆਉਂਦੀ, ਸੁੱਖ ਸਮਰਿੱਧੀ ਆਉਂਦੀ ਆ। ਇਸ ਕਰਕੇ ਇਹਦਾ ਨੁਕਸਾਨ ਨਹੀਂ, ਫਾਇਦਾ ਹੀ ਫਾਇਦਾ ਆ। ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਿਓ, ਆਪਣੇ ਰਿਸ਼ਤੇਦਾਰਾਂ ਸਾਕ ਸੰਬੰਧੀਆਂ ਨੂੰ ਵੀ ਦੱਸਿਓ, ਤਾਂ ਜੋ ਉਹ ਵੀ ਇਹ ਧੂਫ ਮੰਗਾ ਸਕਣ, ਉਹਨਾਂ ਦੇ ਘਰ ਵਿੱਚ ਵੀ ਸੁੱਖ ਸ਼ਾਂਤੀ ਸਮਰਿੱਧੀ ਆਵੇ, ਤਾਂ ਉਹ ਵੀ ਆਪੋ ਆਪਣੇ ਘਰਾਂ ਵਿੱਚ ਖੁਸ਼ ਰਹਿਣ। ਇਸ ਵੀਡੀਓ ਨੂੰ ਸ਼ੇਅਰ ਕਰਿਓ, ਇਹ ਵੀ ਇੱਕ ਕਿਸਮ ਦਾ ਪੁੰਨ ਹੀ ਆ। ਹੋਰ ਵੀ ਆਪਣੇ ਸੱਜਣਾਂ ਨੂੰ ਦੱਸਿਓ, ਇਹ ਵੀ ਇੱਕ ਕਿਸਮ ਦਾ ਪੁੰਨ ਹੀ ਆ, ਅਤੇ ਤੁਹਾਨੂੰ ਇਹਦਾ ਫਾਇਦਾ ਜ਼ਰੂਰ ਮਿਲੇਗਾ। ਸੋ ਇਹ ਧੂਫ ਜ਼ਰੂਰ ਮੰਗਵਾਇਓ, ਥੋੜ੍ਹੇ ਪੈਸਿਆਂ ਵਿੱਚ ਤੁਹਾਨੂੰ ਓਰਿਜਨਲ ਵਧੀਆ ਸਿੱਧ ਕੀਤਾ ਧੂਫ ਮਿਲੇਗਾ ਪੀਰੋ ਮੁਰਸ਼ਦ ਦੇ ਨਾਮ ਦਾ, ਅਤੇ ਇਹਦੇ ਨਾਲ ਘਰ ਵਿੱਚ 9 ਨਿਦਾ 12 ਸਿਧਾ ਹੋਣਗੀਆਂ। ਸੋ ਇਹਨੂੰ ਇਸੇ ਤਰੀਕੇ ਹਰ ਵੀਰਵਾਰ ਜਾਂ ਹਰ ਐਤਵਾਰ ਸ਼ਾਮ ਦੇ ਵਕਤ ਚਿਰਾਗ ਬੱਤੀ ਦੇ ਸਮੇਂ ਇਹਨੂੰ ਕਰਨਾ ਆ, ਚਿਰਾਗਾਂ ਤੋਂ ਬਾਅਦ ਕਰਨਾ ਆ।
बड़े प्यार ते सत्कार दे नाल इसे तरीके दे नाल सो तुहाडा पीरो मुरशद तुहानू सारियां तरक्कियां बख्शे आमीन। एक छोटी जिही गल होर, कई वीर सानू इंस्टाग्राम ते फोन करदे आ, प्लीज़ फोन ना करो, ओही मैसेज करो जिहनू सचमुच इह धूफ चाहीदा, जिहड़ा मंगवाउणा चाहुंदा ओही मैसेज करियो, फोन ना करियो ते अपना एड्रैस भेज दियो, इह तुहानू घर बैठे ही मिल जाएगा।